ਹਾਂਜੀ ਦੋਸਤੋ ਸਵਾਗਤ ਹੈ ਸਾਡੇ ਚੈਨਲ ਪੰਜਾਬ ਟਰੈਕਟਰ ਸੇਲ ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਤੇ ਕਰ ਦਿਓ ਕਲਿੱਕ ਤਾਂ ਜੋ ਆਉਣ ਵਾਲੀ ਵੀਡੀਓ ਸਾਡੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਸਾਡਾ ਹੈਲਪਲਾਈਨ ਨੰਬਰ ਨੋਟ ਕਰੋ 8528387703 ਸਾਡਾ ਨੰਬਰ ਹੈ ਜੋ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇਕਰ ਕਿਸੇ ਵੀ ਵੀਰ ਨੇ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੋਵੇ ਜਿਵੇਂ ਟਰੈਕਟਰ ਟਰਾਲੀ ਹਾਲਤ ਵਾਂਗ ਸੁਹਾਗਾ ਉਹ ਸਾਡੇ ਇਸ ਨੰਬਰ ਤੇ ਇਹ ਸਾਡਾ WhatsApp ਨੰਬਰ ਹੈ ਤੇ ਇਸ ਤੇ ਤੁਸੀਂ ਪੋਸ ਦਿਓ ਫੋਟੋ ਸੈਂਡ ਕਰਕੇ ਤੇ ਨਾਲ ਹੀ ਉਸ ਦੀ ਲੋੜੀ ਦੀ ਜਾਣਕਾਰੀ ਭੇਜ ਕੇ ਆਪਣੀ ਮਸ਼ੀਨਰੀ ਦੀ ਐਡ ਸਾਡੇ YouTube ਚੈਨਲ ਤੇ ਲਗਵਾ ਸਕਦੇ ਹੋ ਐਡ ਦੇ ਲਈ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਬਿਲਕੁਲ ਫ੍ਰੀ ਦੇ ਵਿੱਚ ਕੀਤੀ ਜਾਵੇਗੀ ਤੇ ਜੇ ਕੋਈ ਵੀ ਵੀਰ ਮਸ਼ੀਨਰੀ ਨੇ ਫੋਟੋ ਸੈਂਡ ਕਰਦਾ ਹੈ ਤਾਂ ਉਸ ਦਾ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਹੀ ਦੱਸਿਆ ਕਰੋ ਉਹਨਾਂ ਗ੍ਰੇਡ ਦੱਸਿਆ ਕਰੋ ਜਿੰਨੇ ਦੀ ਮਸ਼ੀਨਰੀ ਹੋਵੇ ਬਾਕੀ ਬਹੁਤ ਲੋਕਾਂ ਦੀ ਕੰਪਲੇਂਟ ਆਉਂਦੀ ਹੈ ਕਿ ਮਸ਼ੀਨਰੀ ਦਾ ਰੇਟ ਫਿਕਸ ਮਸ਼ੀਨਰੀ ਦਾ ਰੇਟ ਜ਼ਿਆਦਾ ਹੈ ਤੇ ਸਾਡੇ ਸਾਡੇ ਵੀਡੀਓ ਵਿੱਚ ਕਿਸੇ ਵੀ ਮਸ਼ੀਨਰੀ ਦਾ ਜੋ ਰੇਟ ਹੈ ਫਿਕਸ ਨਹੀਂ ਹੁੰਦਾ ਉਹ ਮਾਲਕ ਵੀਰਾਂ ਵੱਲੋਂ ਇੱਕ ਦੱਸੀ ਹੋਈ ਡਿਮਾਂਡ ਹੁੰਦੀ ਹੈ ਤੇ ਮੌਕੇ ਤੇ ਲੈਸ ਹੋ ਜਾਂਦੀ ਹੈ ਇਸ ਕਰਕੇ ਜੇ ਕਿਸੇ ਨੇ ਕੋਈ ਮਸ਼ੀਨਰੀ ਦਾ ਚਾਹਵਾਨ ਹੋਏ ਤੇ ਉਹ ਮਾਲਕ ਵੀਰਾਂ ਨਾਲ ਫੋਨ ਤੇ ਗੱਲ ਕਰਕੇ ਮਸ਼ੀਨਰੀ ਦਾ ਸਹੀ ਰੇਟ ਪੁੱਛ ਸਕਦਾ ਹੈ ਦੋਸਤੋ ਅੱਜ ਆਪਣੇ ਕੋਲ ਸੇਲ ਵਿੱਚ ਮਹਿੰਦਰਾ 265 ਡੀਏ ਟਰੈਕਟਰ ਹੈ। ਇਸ ਦਾ ਜੋ ਮਾਡਲ ਹੈ ਉਹ ਹੈ 2000 ਮਾਡਲ। ਟਰੈਕਟਰ ਦਾ ਜੋ ਏਰੀਆ ਹੈ ਉਹ ਹੈ 0 ਤੇ ਟਰੈਕਟਰ ਪੀਬੀ03 ਨੰਬਰ ਹੈ। ਬਾਕੀ ਕੰਡੀਸ਼ਨ ਤੁਸੀਂ ਫੋਟੋਆਂ ਵਿੱਚ ਦੇਖ ਸਕਦੇ ਹੋ। ਟਰੈਕਟਰ ਪੂਰਾ ਆਲ オリジナル ਹੈ ਬਾਡੀ ਚਾਸੀ ਲਿੰਕਾ ਦਾ ਰੰਗ ਸਾਰਾ ਨਾਲ ਦਾ ਹੈ। ਕਿਤੇ ਵੀ ਦੁਬਾਰਾ ਰੰਗ ਨਹੀਂ ਕੀਤਾ ਗਿਆ। ਸਾਫ਼ ਸੁਥਰਾ ਪੂਰਾ ਸ਼ਾਈਨਿੰਗ ਦੇ ਵਿੱਚ ਰੰਗ ਪੇਟ ਪਿਆ ਹੈ ਤੇ ਨਾ ਹੀ ਕਿਤੇ ਡੈਮੇਜ ਹੈ। ਤੇ ਟਰੈਕਟਰ ਦੇ ਜੋ ਟਾਇਰ ਹਨ ਉਹ ਹਨ 95% ਬਾਕੀ ਤੁਸੀਂ ਫੋਟੋਆਂ ਵਿੱਚ ਦੇਖ ਸਕਦੇ ਹੋ ਸਾਫ਼ ਸੁਥਰੇ オリジナル ਬੇਦਾਗ ਟਾਇਰ ਨੇ ਟਰੈਕਟਰ ਸਿੰਗਲ ਕਲੱਚ ਸਿਮਪਲ ਸਟੀਅਰਿੰਗ ਤੇ ਸੈਂਟਰ ਗੇਅਰ ਦੇ ਨਾਲ ਹੈ ਬਾਕੀ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਸਾਫ਼ ਹੈ ਤੇ ਨਾ ਹੀ ਕਿਤੇ ਕੋਈ ਲੀਕਿੰਗ ਹੈ ਟਰੈਕਟਰ ਲੈ ਸਮੇ ਤੁਸੀਂ ਵਾਹ ਕੇ ਚਲਾ ਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਤੇ ਮਾਲਕ ਵੀਰਾਂ ਨੇ ਜੋ ਟਰੈਕਟਰ ਦੀ ਡਿਮਾਂਡ ਰੱਖੀ ਹੈ ਉਹ ਰੱਖੀ ਹੈ 2,25,000 ਬਾਕੀ ਮੌਕੇ ਤੇ ਲੈਸ ਹੋ ਜਾਵੇਗੀ ਤੇ ਮਾਲਕ ਵੀਰਾਂ ਦਾ ਜੋ ਨੰਬਰ ਹੈ ਉਹ ਹੈ 94652 16080 62840 0042 ਤੇ ਇਹ ਨੰਬਰ ਜੋ ਸਕਰੀਨ ਤੇ ਸ਼ੋ ਹੋ ਰਹਿਣ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਨੂੰ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਟਰੈਕਟਰ ਨੂੰ ਖਰੀਦ ਵੀ ਸਕਦੇ ਹੋ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਵੀ ਮਸ਼ੀਨਰੀ ਖਰੀਦਣਾ ਸਮੇ ਤੁਸੀ ਉਸਦੇ ਕਾਗਜ਼ ਪੱਤਰ ਜ਼ਰੂਰ ਚੈੱਕ ਕਰ ਲਿਆ ਕਰੋ ਤਾਂ ਜੋ ਮੇਰੇ ਕਿਸੇ ਵੀਰ ਨੂੰ ਦਿੱਕਤ ਨਾ ਆ ਸਕੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ